ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਜ਼ੋਰਾਂ ਤੇ ਹੈ, ਪਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਣਕ ਦੀ ਚੁਕਾਈ ਸੰਬੰਧੀ ਦਿੱਕਤਾਂ ਸਾਹਮਣੇ ਆ ਰਹੀਆਂ ਨੇ ਅਤੇ ਇਹੀ ਹਾਲ ਨਜ਼ਰ ਆ ਰਿਹਾ ਹੈ ਸ਼ਾਹੀ ਸ਼ਹਿਰ ਪਟਿਆਲਾ ਦਾ, ਜਿੱਥੇ ਕਣਕ ਦੀਆਂ ਭਰੀਆਂ ਬੋਰੀਆਂ ਦੇ ਅੰਬਾਰ ਲੱਗੇ ਨੇ ਅਤੇ ਹਫ਼ਤੇ ਵਿੱਚ 2 ਜਾਂ 3 ਵਾਰ ਲਿਫਟਿੰਗ ਹੁੰਦੀ ਹੈ। ਅਜਿਹੇ ਮੌਕੇ ਤੇ ਲੇਬਰ ਵੀ ਵਿਹਲੇ ਬੈਠਣ ਨੂੰ ਮਜਬੂਰ ਹੋ ਰਹੀ ਹੈ। ਲਿਫਟਿੰਗ ਦੇ ਕਾਰਜ ਵਿੱਚ ਆਈ ਸੁਸਤੀ ਕਾਰਨ ਮਜ਼ਦੂਰ ਵੀ ਕਾਫ਼ੀ ਮੁਸ਼ਕਲਾਂ ਵਿੱਚ ਫਸੇ ਨਜ਼ਰ ਆ ਰਹੇ ਨੇ। लिफ्टिंग क्या है कि एक दिन बोरियां मतलब लोड होती है, दूसरे दिन लेबर बैठ जाती है। अब इनको खर्चा पानी तो चाहिए ही चाहिए। अब बंदे जैसे 30 बंदे हमारे पास हैं, इतने बंदे को बिठाने से काम तो रुकता ही रुकता है। इतने दिन लेबर कहाँ बैठकर खाएगी, तो रुका हुआ काम तो गड़बड़ है ही है सारा कुछ। लिफ्टिंग कल हुई थी, आज बंद है। अब देखो कल मिलती है या नहीं मिलती है, कोई पता नहीं हमें।